ਬਾਕੀ ਮੈਂ ਹੁਣ ਚੈੱਕ ਕੀਤਾ ਹੈਗਾ ਤਕਰੀਬਨ ਨਾ ਸ਼ਾਮ ਤੋਂ ਬਾਅਦ ਦੀ ਸੱਟ ਤੇ ਅੱਜ ਹੀ ਮੈਂ ਸੋਚਿਆ ਹੋਇਆ ਤਾਂ ਬੜਾ ਕੋਈ ਸੀਗਾ ਕਿਉਂਕਿ ਤੁਹਾਨੂੰ ਪਤਾ ਹੈਗਾ ਮਾਹ ਰਮਜ਼ਾਨ ਤੇ ਮੋਟਰਸਾਈਕਲ ਦੀ ਹਾਲਤ ਦੇ ਤੇ ਬਾਕੀ ਚੂੜੀਆਂ ਤੇ ਇੱਥੇ ਸਾਰੀ ਸੈਟਿੰਗ ਮੇਰਾ ਕਰਤੀ ਸੀਗੀ ਕੋਲ ਹੀ ਫਿਰ ਮੈਂ ਸੋ ਗਿਆ ਸੀਗਾ ਕਿਉਂਕਿ ਕਾਫੀ ਲੇਟ ਤੱਕ ਦੁਕਾਨ ਖੋਲ ਨਹੀਂ ਪਈ ਹੈਗੀ ਜਿਵੇਂ ਮੈਂ ਦੁਕਾਨ ਬੰਦ ਕਰਕੇ ਹਟੇ ਉਤੋਂ ਫਿਰ ਹੋਰ ਗਾਹਕ ਆ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਜੀ ਕੀ ਹਾਲ ਚਾਲ ਨੇ ਸਾਡੇ ਦੇਖਣ ਵਾਲ ਤਾਂ ਮਾਂ ਭੈਣ ਭਾਈਆਂ ਦੇ ਅਸੀਂ ਉਮੀਦ ਕਰਨੇ ਆ ਸਾਡੇ ਦੇਖਣ ਵਾਲ ਤਾਂ ਮਾਂ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ ਤਾਂ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆ ਗਏ ਤੇ ਆਪਣਾ ਜੀ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਹੋਣਾ ਅਸੀਂ ਮੁਕੰਮਲ ਵਾਚ ਕਰਨਾ ਜਿਹਨੇ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਥੱਲੇ ਲਾਲ ਕਰ ਦਾ ਸਬਸਕ੍ਰਾਈਬ ਦਾ ਬਟਨ ਨਜ਼ਰ ਆ ਰਿਹਾ ਹੋਣਾ ਦਬਾ ਕੇ ਨਾਲ ਛੋਟਾ ਜਿਹਾ ਬੈਲ ਆਈਕਨ ਦਾ ਬਟਨ ਹੋਣਾ ਨਹੀਂ ਦਬਾ ਕੇ ਹਾਲ ਤੇ ਕਰ ਲਓ ਕਿ ਸਾਡੇ ਆਉਣ ਵਾਲੇ ਵਲੌਗ ਨੇ ਬਾਸਾਨੀ ਦਾੜੇ ਤੱਕ ਪਹੁੰਚ ਸਕਣ ਤੇ ਅੱਜ ਹੀ ਮੈਂ ਸੋਚਿਆ ਹੋਇਆ ਤਾਂ ਬੜਾ ਕੋਈ ਸੀਗਾ ਕਿਉਂਕਿ ਤੁਹਾਨੂੰ ਪਤਾ ਹੈਗਾ ਮਾਹ ਰਮਜ਼ਾਨ ਦਾ ਆਖਰੀ ਰੋਜ਼ਾ ਸੀਗਾ ਤੇ ਅਸੀਂ ਸੋਚਿਆ ਸੀਗਾ ਕਿ ਆਖਰੀ ਰੋਜ਼ੇ ਨੂੰ ਨਾ ਅਸੀਂ ਆਪਣੀ ਦੁਕਾਨ ਦੇ ਵਿੱਚੋਂ ਇਹਨਾਂ ਚਾਵਲ ਵਗੈਰਾ ਸਾਰਾ ਖਰਚਾ ਕਰਕੇ ਆਪਣੀ ਜੇਬੋਂ ਇਹਨਾਂ ਇੱਕ ਅਫਤਾਰੀ ਵਾਸਤੇ ਦੇਗ ਬਣਵਾਵਾਂਗੇ ਲੇਕਿਨ ਅੰਕਲ ਨਾਈ ਨੂੰ ਸਵੇਰ ਸਵੇਰ ਕਿਹਾ ਸੀ ਸਮਾਨ ਵਗੈਰਾ ਮੈਂ ਲੈ ਆਇਆ ਸਵੇਰ ਵਾਲੇ ਵਲੌਗ ਸੀ ਦੇਖਿਆ ਹੋਣਾ ਮੈਂ ਗੋਸ਼ਤ ਹੀ ਲੈ ਆਇਆ ਸੀ 2 ਕਿਲੋ ਲੇਕਿਨ ਉਹ ਅੰਕਲ ਨਾਈ ਨਹੀਂ ਆਏ ਨੇਗੇ ਆਏ ਨੇਗੇ ਲੇਕਿਨ ਅਫਤਾਰੀ ਤੋਂ ਅੱਧਾ ਘੰਟਾ ਪਹਿਲੇ ਮੈਂ ਕਿਹਾ ਫਿਰ ਕੋਈ ਫਾਇਦਾ ਨਹੀਂ ਹੈਗਾ ਹੁਣ ਈਦ ਤੋਂ 2-1 ਦਿਨਾਂ ਬਾਅਦ ਅਸੀਂ ਚਲੋ ਇਰਾਦਾ ਤਾਂ ਬਣਾਇਆ ਸੀ ਨਾ ਤਕਸੀਮ ਕਰਨ ਦਾ ਚਾਵਲ ਚਲੋ 1 ਦੇਗ ਬਣਾ ਕੇ ਨਾ ਈਦ ਤੋਂ 2 ਦਿਨਾਂ ਬਾਅਦ ਫਿਰ ਇਨਸ਼ਾਅੱਲਾ ਤਾਲਾ ਤਕਸੀਮ ਕਰ ਦੇਵਾਂਗੇ ਤੇ ਉਦੋਂ ਅਫਤਾਰੀ ਕੀਤੀ ਹੈ ਕਿ ਉਸ ਤੋਂ ਬਾਅਦ ਮੈਂ ਫਿਰ ਨਿਕਲ ਗਿਆ ਕਿਉਂਕਿ ਉੱਥੇ ਥੋੜ੍ਹਾ ਜਿਹਾ ਨਾ ਰੋਸ਼ਨੀ ਸੀ ਸਾਹਮਣੇ ਫਸਲਾਂ ਵਾਲੀ ਸਾਈਡ ਤੇ ਇੱਥੇ ਤਾਂ ਬਿਲਕੁਲ ਹਨੇਰਾ ਹੋਇਆ ਹੋਇਆ ਗਲੀ ਦੇ ਵਿੱਚ ਸੀ ਦੇਖੋ ਕਿਉਂਕਿ ਸੂਰਜ ਹੁਣ ਹੋਣੀ ਗਰੂਬ ਹੋਇਆ ਹੈਗਾ ਤੇ ਮੈਂ ਕਿਹਾ ਆਪਣੇ ਨਵਾਂ ਵਲੌਗ ਸ਼ੁਰੂ ਕਰਨੇ ਆਪਣੇ ਵੀਵਰ ਜਿਹੜੇ ਪਰੇਸ਼ਾਨ ਹੋ ਜਾਣਗੇ ਅੱਜ ਚਾਂਦ ਰਾਤ ਹੈਗੀ ਤੇ ਰਸ਼ ਬਹੁਤ ਜ਼ਿਆਦਾ ਸਾਡੇ ਕੋਲ ਹੈ ਇੱਥੋਂ ਸਾਰੀਆਂ ਚੂੜੀਆਂ ਵਗੈਰਾ ਸਮੇਟ ਕੇ ਇੱਦਾਂ ਹੀ ਰੱਖਤੀਆਂ ਨੇਗੀਆਂ ਅਮੀਜਾਨ ਨੇ ਨਾ ਸੈਟਿੰਗ ਇੱਥੇ ਅੰਦਰ ਕਰ ਲਈ ਇੱਥੇ ਚੂੜੀਆਂ ਵਗੈਰਾ ਚਾੜਦੇ ਰਵਾਂਗੇ ਰਾਤ ਨੂੰ ਓਕੇ ਹੋ ਗਿਆ ਅੱਜ ਤਾਂ ਪਹਿਲੇ ਹੀ ਦਿਨ ਟਾਈਮ ਇਤਨਾ ਜ਼ਿਆਦਾ ਇੱਥੇ ਆਂਟੀਆਂ ਦਾ ਰਸ਼ ਸੀਗਾ ਮੈਂ ਸ਼ਹਿਰ ਬਾਅਦ ਚੱਕਰ ਲੱਗਿਆ ਤੇ ਸ਼ਹਿਰੋਂ ਮੈਂ ਦੇਖਿਆ ਮੈਂ ਹੈਰਾਨ ਹੀ ਹੋ ਗਿਆ ਅਮੀਜਾਨ ਅੱਜ ਤਾਂ ਫੈਸਲਾਬਾਦ ਜੋ ਬਾਜ਼ਾਰ 'ਚ ਨਹੀਂ ਰਸ਼ ਸੀਗਾ ਜਿਤਨਾ ਇੱਥੇ ਰਸ਼ ਹੈਗਾ ਸਾਡੇ ਸ਼ਹਿਰ 'ਚ ਬਹੁਤ ਚਾਂਦ ਰਾਤ ਵਾਲੇ ਦਿਨ ਐਵੇਂ ਹੀ ਹੁੰਦਾ ਹਾਲਾਂਕਿ ਰਾਤ ਨੂੰ ਹੋਰ ਜ਼ਿਆਦਾ ਰਸ਼ ਹੋਵੇਗਾ ਉੱਥੇ ਤੇ ਮੈਂ ਵੀ ਨਾ ਨੂੰ ਕਿ ਫਰੈਸ਼ ਹੋ ਗਿਆ ਲੇਕਿਨ ਹੁਣ ਮੈਂ ਜਾਣਾ ਹੈਗਾ ਵਾਲ ਕਟਾਉਣ ਨੂੰ ਕੁਝ ਟਾਈਮ ਨੂੰ ਜਾਣਾ ਆ ਗਿਆ ਦੋਸਤ ਮੇਰੇ ਨੇ ਕਿਹਾ ਸੀ ਰਾਤ ਨੂੰ ਬਈ ਤੂੰ ਆ ਜਾਏ ਬਿਹਤਰ ਹੋਈ ਹੈਗਾ ਕਿਉਂਕਿ ਦਿਨ ਟਾਈਮ ਜਿਹੜਾ ਉਹਨਾਂ ਕੋਲ ਰਸ਼ ਹੀ ਬਹੁਤ ਜ਼ਿਆਦਾ ਆ ਗਿਆ ਵਾਲ ਕਟਵਾਉਣ ਨਾਲ ਤਕਰੀਬਨ ਅਮੀਜਾਨ 2 ਘੰਟੇ ਚਾਹੀਦੀ ਸੀ ਉੱਥੇ ਬੈਠਣ ਨੂੰ ਨਾ ਫਿਰ ਵਾਲਾਂ ਦੀ ਵਾਰੀ ਆਣੀ ਸੀ ਤੇ ਉਹ ਮੇਰੇ ਹੀ ਉਹਨੇ ਕੱਟਣੇ ਸੀ ਹਸਨੈਨ ਫਿਰ ਰਹਿ ਜਾਣਾ ਕੋਈ ਹੁਣ ਬਾਕੀ ਦੀ ਸਾਰੀ ਦੁਕਾਨ ਬਾਰ ਕਲੋਜ਼ ਹੋ ਗਈ ਹਾਂ ਚਲੋ ਠੀਕ ਓਕੇ ਹੋ ਗਿਆ ਹਾਂ ਓਕੇ ਹੋ ਗਿਆ ਜੀ ਸਾਰੀਆਂ ਚੂੜੀਆਂ ਦੀ ਇੱਥੇ ਸੈਟਿੰਗ ਕਰਤੀ ਆ ਤੇ ਉਧਰੋਂ ਜੀ ਅੰਕਲ ਹੋਰੀ ਦੇਗ ਹੀ ਲੈ ਆਏ ਸੀਗੇ ਮੈਂ ਕਿਹਾ ਅਗਰ ਦੇਗ ਆ ਹੀ ਗਈ ਹੈਗੀ ਆਪਣੇ ਘਰ ਤੇ ਚਲੋ ਉਹਨਾਂ ਨੂੰ ਬਣਾਵਾਂਗੇ ਲੇਕਿਨ ਹੁਣ ਈਦ ਤੋਂ ਬਾਅਦ ਹੀ 2-1 ਦਿਨਾਂ ਬਾਅਦ ਹੀ ਜਾਂ ਈਦ ਦੇ ਤੀਸਰੇ ਦਿਨ ਮਨਾ ਲਈਏ ਕੋਈ ਪਤਾ ਨਹੀਂ ਹੈਗਾ ਸਵੇਰ ਤਾਂ ਸਾਰਾ ਦਿਨ ਮੈਂ ਮਸਰੂਫ ਰਹਿਣਾ ਹੈਗਾ ਸਮੋਸਿਆਂ ਪਕੌੜਿਆਂ ਚਿਕਨ ਦੀ ਤਲਾਈ ਦੇ ਵਿੱਚ ਚਲੋ ਜਿਹੜਾ ਹੁਣ ਦੇਗ ਵਾਸਤੇ ਗੋਸ਼ਤ ਲਾਇਆ ਸੀ ਉਹ ਵੀ ਹੈਗਾ ਤੇ ਕੱਲ ਜਿਹੜਾ ਵੇਚਣਾ ਹੈਗਾ ਤਲਾਈ ਕਰਕੇ ਉਹ ਵੀ ਲੈਗ ਪੀਸ ਜਿਹੜੇ ਨੇਗੇ ਉਹਨਾਂ ਅੰਕਲ ਹੋਰਾਂ ਨੂੰ ਮੈਂ ਕਹਿ ਕੇ ਆਇਆ ਸੀ ਉਹ ਵੀ ਆਏ ਪਏ ਨੇਗੇ ਉਹ ਵੀ ਸਵੇਰ ਇਨਸ਼ਾਅੱਲਾ ਤਾਲਾ ਤਲਾਈ ਕਰਕੇ ਨਾ ਤੇ ਵੇਚਾਂਗੇ ਬਾਹਰ ਰੱਖ ਕੇ ਪਕੌੜੇ ਸਮੋਸੇ ਸਾਰੀਆਂ ਇਨਸ਼ਾਅੱਲਾ ਤਾਲਾ ਇਹ ਚੀਜ਼ਾਂ ਨੇ ਨਾ ਸਵੇਰ ਬਣਾਵਾਂਗੇ ਫਸਟ ਟਾਈਮ ਲੱਗਾਂਗੇ ਤੇ ਤਕਰੀਬਨ 2-3 ਘੰਟੇ ਸਾਨੂੰ ਲੱਗਣਗੇ ਸਾਰਾ ਕੁਝ ਤਿਆਰ ਕਰਦੇ ਤੇ 12 ਵਜੇ ਦੀ ਜਿੱਤਾਂ ਤੱਕ ਸਮਾਂ ਲਈ ਈਦ ਦੀ ਨਮਾਜ਼ ਦਾ ਟਾਈਮ ਹੋਵੇਗਾ ਉਸ ਟਾਈਮ ਤੱਕ ਅਸੀਂ ਨਾਲ ਨਾਲ ਜੇ ਤਿਆਰ ਕਰ ਲੈ ਪਹਿਲੇ ਈਦ ਦੀ ਨਮਾਜ਼ ਪੜ੍ਹ ਲਵਾਂਗਾ ਤੇ ਉਸ ਤੋਂ ਬਾਅਦ ਆ ਕੇ ਫਿਰ ਤਲਾਈ ਵਗੈਰਾ ਕਰ ਲਵਾਂਗੇ ਉਤਨੇ ਟਾਈਮ ਤੱਕ ਕਮੀ ਜਾਣ ਵਾਲੀ ਗਾਰੇਜ ਨਾ ਸਮਾਨ ਸਾਰਾ ਤਿਆਰ ਕਰ ਲੈਣਗੇ ਜਿਵੇਂ ਕਿ ਸਮੋਸੇ ਵਗੈਰਾ ਹੋ ਗਏ ਨੇ ਬਰਾਈ ਵਗੈਰਾ ਕਰਕੇ ਰੱਖ ਲੈਣਗੀਆਂ ਤੇ ਅੱਜ ਹੀ ਸੇਨ ਦੀ ਮੁਕੰਮਲ ਸਾਫ਼ ਸਫਾਈ ਹੋਈ ਪਈ ਕਿਉਂਕਿ ਫਰਸ਼ ਵਗੈਰਾ ਵੀ ਦੋਤਾ ਸੀਗਾ ਟਾਈਲਾਂ ਤੇ ਆਇਸ਼ਾ ਨੇ ਤਪੜੀ ਵਗੈਰਾ ਲਾ ਕੇ ਬਿਲਕੁਲ ਚਮਕਾ ਦਿੱਤਾ ਸਾਰਾ ਘਰ ਜਿਹੜਾ ਨਾ ਕਲੀਨ ਹੋਇਆ ਪਿਆ ਹੈਗਾ ਤੇ ਸ਼ੋਪ ਹੀ ਜਿਹੜੀ ਨਾ ਮੈਂ ਸਵੇਰ ਅੱਛੀ ਤਰ੍ਹਾਂ ਉਹਨਾਂ ਦਾ ਫਰਸ਼ ਵਗੈਰਾ ਵਾਸ਼ ਕਰਕੇ ਥੱਲੇ ਨਾ ਉਹਦੇ ਕਲੀਨ ਵਿਛਾਰਤਾ ਸੀਗਾ ਉਹ ਦੇਖੋ ਤੇ ਗਾਹਕ ਜਿਹੜੇ ਨੇ ਸਾਡੇ ਕੋਲ ਚੂੜੀਆਂ ਲੈਣੇ ਸ਼ੁਰੂ ਹੋ ਗਏ ਰਸ਼ ਹੁਣ ਪੈ ਜਾਣਾ ਹੈਗਾ ਤੇ ਮੈਂ ਵਲੌਗ ਜਿਹੜਾ ਹੈਗਾ ਬਾਹਰੋਂ ਬਾਹਰ ਹੀ ਬਣਾਵਾਂਗਾ ਇੱਦਾਂ ਕੋਈ ਆਪਣਾ ਜਿਹਾ ਕੰਮ ਵਗੈਰਾ ਹਾਲੇ ਤਾਂ ਕਾਫੀ ਪਏ ਨੇ ਇਹ ਫਟਿਆਂ ਦੀ ਹਾਲਤ ਸੀ ਦੇਖੋ ਕਿਵੇਂ ਕੱਟਾ ਮਿੱਟੀ ਉੱਤੇ ਉੱਡ ਉੱਡ ਕੇ ਪਰੋ ਪੈਂਦਾ ਰਿਹਾ ਹਾਲਾਂਕਿ ਪਾਣੀ ਛਿੜਕਿਆ ਸੀਗਾ ਮੈਂ ਕੁਛ ਟਾਈਮ ਪਹਿਲੇ ਵੀ ਦੇਖੋ ਥੋੜ੍ਹਾ ਥੋੜ੍ਹਾ ਹਾਲੇ ਤੱਕ ਹੀ ਉਵੇਂ ਸੇਮ ਹੈਗੀ ਉਸ ਪਾਣੀ ਦੀ ਫਿਰ ਵੀ ਇਤਨੀ ਜ਼ਿਆਦਾ ਗੱਟਾ ਮਿੱਟੀ ਇੱਥੇ ਪੈ ਗਿਆ ਇਹਨਾਂ ਤੇ ਇਸ ਵਜ੍ਹਾ ਤੋਂ ਜਿਹੜੇ ਖਿਲਾਉਣੇ ਨੇ ਨਾ ਉਹਨਾਂ ਦੇ ਰੰਗ ਫਿੱਕਾ ਪੈ ਜਾਂਦਾ ਉੱਤੇ ਗੱਟਾ ਮਿੱਟੀ ਪੈਂਦਾ ਹੈਗਾ ਉੱਤੋਂ ਸੂਰਜ ਦੀ ਰੋਸ਼ਨੀ ਲੱਗਦੀ ਉਸ ਵਜ੍ਹਾ ਤੋਂ ਸਾਰਾ ਜਿਹੜਾ ਨਾ ਖਰਾਬ ਹੋ ਜਾਂਦੇ ਨੇ ਖਿਲਾਉਣੇ ਵੀ ਕਿਤੇ ਜਾਣ ਲੱਗਿਆ ਵਾਲ ਕਟਾਵਾਂ ਮੱਛਰ ਵੇਖ ਤੇਰੇ ਉੱਤੇ ਕਿੰਨਾ ਹੈਗਾ ਵਾਲ ਬਾਹ ਤੇ ਕਟਾਵੀ ਜਾਂਦਾ ਇੱਕ ਹੀ ਟੀਕਾ ਲੱਗ ਗਿਆ ਤੇ ਉਹ ਡੈਂਗੀ ਬੁਖਾਰ ਹੋ ਜਾਣਾ ਹੀ
ਇਹਦੇ ਥੱਲੇ ਲੈ ਵਾਲ ਕਟਵਾ ਆਨੇ ਆ ਹੁਣ ਨਹੀਂ ਜਾਣਾ ਫਿਰ ਚੱਲਨੇ ਆ ਰਸ਼ ਹੋਣਾ ਉਹਨਾਂ ਕੋਲ ਸੁਨੈਣ ਨੂੰ ਜ਼ਿਆਦਾ ਹੀ ਕੋਈ ਜਲਦੀ ਗਾਬਰ ਤਾਂ ਨਹੀਂ ਆਈ ਖੜੀ ਹੈ ਪਸੀਨਾ ਤਾਂ ਨਹੀਂ ਆ ਰਿਹਾ ਵਾਲਾਂ ਤੂੰ ਵਾਲ ਕਾਫੀ ਵੱਡੇ ਨੇ ਸੁਨੈਣ ਦੇ ਆ ਜਾ ਉਹਰੇ ਬਾਅਦ 'ਚ ਇਹ ਆਪੋ ਆਪਣਾ ਮੋਟਰਸਾਈਕਲ ਤਾਂ ਸੁਨੈਣ ਦੋਈਏ ਮੋਟਰਸਾਈਕਲ ਦੀ ਹਾਲਤ ਵੇਖੇ ਨਾ ਕੀ ਹੋਈ ਹੋਈ ਚੱਲ ਇਹਨੂੰ ਬੈਕ ਕਰ ਚੱਕ ਕੇ ਲੈ ਆ ਚੱਕ ਲੈ ਮੋਟਰਸਾਈਕਲ ਦੀ ਵਾਕਈ ਹਾਲਤ ਨਾ ਬਹੁਤ ਬੁਰੀ ਹੋਈ ਹੋਈ ਇਹਦੇ ਚੱਕਿਆਂ 'ਚ ਮਿੱਟੀ ਜਿਹੀ ਲੱਗੀ ਹੋਈ ਹੈਗੀ ਅਤੇ ਸੁਬਾਹ ਈਦਾ ਕਿ ਚਲੋ ਕਿਤੇ ਨਿਕਲਣਾ ਹੀ ਪੈ ਜਾਂਦਾ ਹੈਗਾ ਮੋਟਰਸਾਈਕਲ ਤਾਂ ਚਮਕਦਾ ਹੋਣਾ ਚਾਹੀਦਾ ਨਾ ਇੱਥੇ ਬੈਕ ਕਰਕੇ ਲੈ ਆਉਂਦੇ ਹਾਂਗੇ ਅਤੇ ਇੱਥੇ ਰੋਕ ਕੇ ਨਾ ਮੋਟਰਸਾਈਕਲ ਜਿਹੜਾ ਆਪਣਾ ਧੋ ਲੈਂਦੇ ਹਾਂਗੇ ਇਹਨੂੰ ਚਮਕਾ ਦਿੰਦੇ ਹਾਂ ਅਤੇ ਮੋਟਰਸਾਈਕਲ ਦੀ ਹਾਲਤ ਦੇਖੋ ਕੀ ਹੋਈ ਪਈ ਹੈਗੀ ਨੂੰ ਵੱਡੇ ਸਟੈਂਡ 'ਤੇ ਲਾਉਂਦੇ ਹਾਂਗੇ ਅਤੇ ਇਹਦੀ ਨਾ ਫਾਸਟ ਸਰਵਿਸ ਜੇ ਸ਼ੁਰੂ ਕਰਦੇ ਹਾਂਗੇ ਅੱਛੀ ਤਰ੍ਹਾਂ ਇਹਦੀ ਸਫਾਈ ਕਰ ਦਿੰਦੇ ਹਾਂਗੇ ਚਲੋ ਜੀ ਅਤੇ ਫਾਈਨਲੀ ਇਹ ਮੋਟਰਸਾਈਕਲ ਮੈਂ ਵਾਸ਼ ਕਰ ਲਿਆ ਮਾਸ਼ਾਅੱਲਾ ਚਮਕ ਰਿਹਾ ਹੈਗਾ ਅਸੀਂ ਚੈੱਕ ਕਰੋ ਜਿਵੇਂ ਹੁਣੇ ਸ਼ੋਰੂਮ ਵਿੱਚ ਨਵਾਂ ਨਿਕਲਵਾ ਕੇ ਲਿਆਂਦਾ ਹੋਵੇ ਅਤੇ ਹੁਣ ਇਹਨੂੰ ਉੱਤੋਂ ਸੁੱਕੇ ਕੱਪੜੇ ਨਾਲ ਸਾਫ਼ ਕਰ ਲਿਆ ਥੋੜ੍ਹਾ ਜਿਹਾ ਪਾਣੀ ਜਿਹੜਾ ਨਾ ਨਿਚੜ ਲਵੇ ਦੇਖੋ ਥੱਲੇ ਕਤਰੇ ਗਿਰ ਰਹੇ ਨੇ ਨਾ ਅੱਛੀ ਤਰ੍ਹਾਂ ਨਿਚੜ ਲਵੇ ਪਹਿਲੇ ਪਾਣੀ ਅਤੇ ਉਂਝ ਫਿਰ ਇਹਦੇ 'ਤੇ ਕੱਪੜਾ ਮਾਰਨੇ ਆਗੇ ਬਿਸਮਿਲ੍ਲਾ ਰਹਿਮਾਨ ਰਹੀਮ ਦੇਖੋ ਮਾਸ਼ਾਅੱਲਾ ਸ਼ਾਈਨਿੰਗ ਕਿਤਨੀ ਆ ਰਹੀ ਹੈਗੀ ਮੋਟਰਸਾਈਕਲ 'ਤੇ ਨਾ ਇਹਦੀ ਨਾ ਲੈਮੀਨੇਸ਼ਨ ਚੇਂਜ ਕਰਾਉਂਦੇ ਹਾਂ ਥੱਲੋਂ ਉਤਰੀ ਹੋਈ ਲੈਮੀਨੇਸ਼ਨ ਇੱਥੇ ਉਵੇਂ ਚਿਪਕੀ ਹੋਈ ਹੈਗੀ ਇਹਦੀ ਚੇਂਜ ਕਰਾਉਂਦੇ ਹਾਂਗੇ ਈਦ ਤੋਂ ਬਾਅਦ ਨਾ ਫਿਰ ਇਹ ਜ਼ਿਆਦਾ ਸ਼ਾਈਨ ਦੇਵੇਗੀ ਇਹਦੇ ਆਹ ਟਾਪਿਆਂ 'ਤੇ ਲੈਮੀਨੇਸ਼ਨ ਹੋਈ ਹੋਈ ਆ ਅਤੇ ਇਹ ਵੀ ਲੈਮੀਨੇਸ਼ਨ ਹੋਈ ਹੋਈ ਆ ਕੁਛ ਮੇਰੇ ਬੈਂਡ ਬਾਈ ਦੇਖ ਕੇ ਹੈਰਾਨ ਹੋ ਰਹੇ ਹੋਣਗੇ ਕਿ ਖਰਾਬ ਹੋਈ ਟੈਂਕੀ ਲੈਮੀਨੇਸ਼ਨ ਉੱਤੋਂ ਨਾ ਨਿਸ਼ਾਨ ਇਸ ਤਰ੍ਹਾਂ ਨਹੀਂ ਗਏ ਟੈਂਕੀ ਨੂੰ ਕੋਈ ਇਸ਼ੂ ਨਹੀਂ ਬਣਦਾ ਇਸ ਵਜ੍ਹਾ ਤੋਂ ਅਤੇ ਫਾਈਨਲੀ ਜੀ ਮਾਸ਼ਾਅੱਲਾ ਮੋਟਰਸਾਈਕਲ ਜਿਹਾ ਵਾਸ਼ ਕਰਕੇ ਅੱਛੀ ਤਰ੍ਹਾਂ ਕੱਪੜਾ ਵਗੈਰਾ ਮਾਰ ਲਿਆ ਚਮਕ ਰਿਹਾ ਹੈਗਾ ਹੁਣ ਦੂਰ ਦੇਖਣ ਨੂੰ ਨਾ ਦੇਖੋ ਪਹਿਲੇ ਕਿਸ ਤਰ੍ਹਾਂ ਦੀ ਹਾਲਤ ਸੀਗੀ ਅਤੇ ਹੁਣ ਕਿਸ ਤਰ੍ਹਾਂ ਹੋ ਗਈ ਹੈਗੀ ਬਾਕੀ ਟੇਬਲ ਵਗੈਰਾ ਨੇਗੇ ਵੀ ਅੰਦਰ ਰੱਖਣੇ ਨੇ ਮੋਟਰਸਾਈਕਲ ਜਿਹੜਾ ਨਾ ਉੱਥੇ ਪਰਾਂ ਕਰਕੇ ਰੱਖਣਾ ਹੈਗੇ ਉੱਥੇ ਲਾਕ ਲਾਉਂਦੇ ਹਾਂਗੇ ਅਤੇ ਟੇਬਲ ਜਿਹੜਾ ਨਾ ਉਹ ਵੀ ਇੱਥੇ ਅੰਦਰ ਰੱਖੀਏ ਪਰ ਇਹ ਸਮਾਨ ਕੁੰਜਣਾ ਸ਼ੁਰੂ ਕਰੀਏ ਬਸ ਅਤੇ ਬਾਕੀ ਚੂੜੀਆਂ ਨੇ ਤਾਂ ਇੱਥੇ ਸਾਰੀ ਸੈਟਿੰਗ ਵਗੈਰਾ ਕਰਤੀ ਸੀਗੀ ਕੋਹਲੀ ਪੋਨੀਆਂ ਵਗੈਰਾ ਪਈਆਂ ਜਿਨ੍ਹਾਂ ਨੇ ਖਰੀਦਣੀਆਂ ਨੇਗੀਆਂ ਇੱਥੋਂ ਆ ਕੇ ਫਿਰ ਖਰੀਦ ਕੇ ਲਿਜਾ ਰਹੇ ਕੱਪੜੇ ਵਗੈਰਾ ਇੱਥੇ ਰੱਖੇ ਹੋਏ ਨੇਗੇ ਦੇਖੋ ਨਾ ਮੈਂ ਯਾਰ ਕਲੀਨ ਦਾ ਕਿਤਨਾ ਫਾਇਦਾ ਹੋ ਗਿਆ ਹੁਣ ਮੰਜੀ ਆਉਂਦੀ ਉਹਦੇ 'ਤੇ ਕੋਈ ਫਾਇਦਾ ਨਹੀਂ ਸੀਗਾ ਇਸ ਤਰ੍ਹਾਂ ਕਲੀਨ ਦੇ ਉੱਤੇ ਸਾਰੀਆਂ ਚੀਜ਼ਾਂ ਆਸਾਨੀ ਨੇਗੀ ਇੰਨਾ ਰੱਖੀਆਂ ਗਈਆਂ ਨੇਗੀਆਂ ਇਹ ਨਹੀਂ ਕਿ ਅੱਜ ਰਾਤ ਲਈ ਸਿਰਫ ਚਾਂਦ ਰਾਤ ਦੀ ਅਸੀਂ ਰਾਤ ਹੀ ਇੱਥੇ ਸਾਰਾ ਸਮਾਨ ਰੱਖਣਾ ਹੈਗਾ ਇਨਸ਼ਾਅੱਲਾ ਤਾਲਾ ਸੁਬਾਹ ਵੀ ਇੱਥੇ ਪਿਆ ਰਹੇਗਾ ਈਦ ਵਾਲੇ ਦਿਨ ਇੱਥੇ ਐਵੇਂ ਹੀ ਰੱਖਾਂਗੇ ਕਿਉਂਕਿ ਜਿਹੜੇ ਕੋਈ ਬੱਚੇ ਵਗੈਰਾ ਆਵਣਗੇ ਉਹਨਾਂ ਕੋਈ ਚੀਜ਼ ਲੈਣੀ ਹੋਈ ਅਤੇ ਇੱਥੋਂ ਇਹਨਾਂ ਖਰੀਦ ਲਵਣਗੇ
ਦਿਲ ਤੇ ਕਰਦਾ ਰੱਖੀ ਇੱਥੇ ਰੱਖੀਏ ਬਾਹਰ ਰੱਖਣ ਬਿਹਤਰ ਹੈਗਾ ਇੱਥੇ ਦੇਖੋ ਨਾ ਸਾਡਾ ਸਾਈਡ ਤੋਂ ਗੁਜ਼ਰਨ ਦਾ ਰਸਤਾ ਵੀ ਹੈਗਾ ਤੇ ਸਾਫ ਸੁਥਰੀ ਜਗ੍ਹਾ ਹੈ ਸਕੂਨ ਨਾਲ ਬੈਠ ਕੇ ਇਹਨਾਂ ਇੱਥੇ ਸੇਲ ਹੀ ਕਰ ਸਕਨੇ ਆ ਅਚਾਨਕ ਵੀ ਇੱਥੇ ਸਾਡੇ ਕੋਲ ਰਸ਼ ਬਹੁਤ ਜ਼ਿਆਦਾ ਲੱਗ ਗਿਆ ਸੀ ਨਾਲ ਕਰਿਆਨੇ ਦਾ ਸਮਾਨ ਜਿਹੜਾ ਹੈਗਾ ਉਹ ਵੀ ਸੇਲ ਹੁੰਦਾ ਰਿਹਾ ਹੈਗਾ ਚੂੜੀਆਂ ਵੀ ਕਾਫੀ ਮਾਸ਼ਾਅੱਲਾ ਸੇਲ ਹੋ ਗਈਆਂ ਨੇ ਆ ਅੱਧੀਆਂ ਤਾਂ ਟੁੱਟ ਗਈਆਂ ਨੇ ਆ ਪਾਉਂਦਿਆਂ ਪਾਉਂਦਿਆਂ ਸ਼ੁਕਰ ਇਹਦੇ ਵਿੱਚ ਵੀ ਜਿਹੜਾ ਨਾ ਸੇਲ 3-4 ਵਜੇ ਨਾ ਆਈਆਂ ਨੇ ਇਧਰੋਂ ਖੁੱਲੀਆਂ ਜਿਹੜੀਆਂ ਜ਼ਿਆਦਾ ਚੂੜੀਆਂ ਲਾਰਾ ਬਣਿਆ ਫਿਰ ਮੈਂ ਖਿਆਲ ਨੂੰ ਇਕੱਠਿਆਂ ਕਰ ਲੈਣੀ ਕਿਉਂਕਿ ਬਹੁਤ ਨਮਾਈਆਂ ਹੋ ਜਾਵੇ ਹਾਂ ਕਿਉਂਕਿ ਪਹਿਲੇ ਕਨਫਰਮ ਨਹੀਂ ਸੀਗਾ ਹੁਣ ਕਨਫਰਮ ਹੋ ਗਿਆ ਕਿ ਸੂਬਾ ਇਨਸ਼ਾਅੱਲਾ ਤਾਲਾ ਈਦ ਹੈ ਤੇ ਮੇਰੇ ਤਮਾਮ ਭੈਣ ਭਾਈਆਂ ਨੂੰ ਫਿਰ ਅਡਵਾਂਸ ਈਦ ਮੁਬਾਰਕ ਬਾਕੀ ਮੈਂ ਹੁਣ ਚੈੱਕ ਕੀਤਾ ਹੈਗਾ ਤਕਰੀਬਨ ਨਾ ਸ਼ਾਮ ਤੋਂ ਬਾਅਦ ਦੀ ਸਾਡੀ ਸੇਲ ਹੈਗੀ ਮਾਸ਼ਾਅੱਲਾ ਸੀ ਦੇਖੋ ਅੱਛੀ ਖਾਸੀ ਅਮਜਾਨ ਅੱਜ ਤਾਂ ਸੇਲ ਹੋ ਗਈ ਜਿਹੜੇ 4-5 ਦਿਨਾਂ ਜਿਤਨੀ ਸੇਲ ਹੁੰਦੀ ਸੀਗੀ ਜੀ ਜੀ ਅੱਲਾ ਪਾਕ ਦਾ ਲੱਖਾਂ ਦੇ ਕਰੋੜਾਂ ਵਾਰੀ ਸ਼ੁਕਰ ਹੈ ਵਾਕਈ ਅਸੀਂ ਕਹਿੰਦੇ ਸੀਗੇ ਈਦ ਦਾ ਸੀਜ਼ਨ ਜਿਹੜਾ ਤੁਹਾਡਾ ਅੱਛਾ ਲੱਗੇਗਾ ਚੂੜੀਆਂ ਜਿਹੜੀਆਂ ਨਾ ਅੱਜ ਕਾਫੀ ਸੇਲ ਹੋਈਆਂ ਨੇਗੀਆਂ ਤਾਰੀ ਤੋਂ ਬਾਅਦ ਤਕਰੀਬਨ 5,500 ਰੁਪਇਆ ਸਾਡੀ ਸੇਲ ਹੋਈ ਹੈਗੀ ਅਸੀਂ ਸੋਚਿਆ ਹੀ ਨਹੀਂ ਸੀਗਾ ਕਿ ਇਤਨੀ ਸੇਲ ਹੋ ਸਕਦੀ ਹੈਗੀ ਤੇ ਅਫਤਾਰੀ ਤੋਂ ਪਹਿਲੇ ਜਿਹੜੇ ਫਿਰ ਦੁਪਹਿਰ ਟਾਈਮ ਸੇਲ ਹੋਏ ਨੇ ਉਹ ਅਲੱਗ ਆ ਗਏ ਇਹਨਾਂ 'ਚ ਕੱਪੜੇ ਵਗੈਰਾ ਨਹੀਂ ਸਿਰਫ ਚੂੜੀਆਂ ਅਤੇ ਜਿਹੜਾ ਬੱਚਿਆਂ ਦਾ ਜਿਹੜੇ ਨਾ ਹੈਗੇ ਏਅਰਬੈਂਡ ਵਗੈਰਾ ਹੋ ਗਏ ਇਹ ਜਿਹੜਾ ਜ਼ਿਆਦਾ ਚੀਜ਼ਾਂ ਸੇਲ ਹੋਈਆਂ ਨੇ ਜਾਂ ਫਿਰ ਕਰਿਆਨੇ ਦਾ ਸਮਾਨ ਕਰ ਲਓ ਇਹ ਸੇਲ ਹੁੰਦਾ ਰਿਹਾ ਸਾਰੀ ਇਕੱਠੀ ਹੈਗੀ ਇਹਨੇ ਸੇਲ ਅਤੇ ਉਂਝ ਫਿਰ ਇੱਦਾਂ ਦੁਕਾਨ 'ਤੇ ਰਸ਼ ਨਹੀਂ ਹੈਗਾ ਅਤੇ ਅਸੀਂ ਨਾ ਬਾਹਰ ਜਿਹੜਾ ਟੇਬਲ ਪਏ ਨੇਗੇ ਇਹ ਸਾਰੇ ਕੁੰਜ ਕੇ ਅੰਦਰ ਰੱਖ ਲੈਂਦੇ ਹਾਂਗੇ ਕਿਉਂਕਿ ਟਾਈਮੋ ਟਾਈਮ ਦੁਕਾਨ ਤਾਂ ਬੰਦ ਕਰ ਦੇਵਾਂਗੇ ਸਰ ਰਾਤ ਤਾਂ ਇੱਥੇ ਬੈਠੇ ਨਹੀਂ ਰਹਿਣਾ ਹੈਗਾ ਅਗਰ ਕਿਸੇ ਨੇ ਫਿਰ ਵੀ ਚੂੜੀਆਂ ਵਗੈਰਾ ਲੈਣੀਆਂ ਹੋਈਆਂ ਜਾਂ ਪੋਨੀਆਂ ਵਗੈਰਾ ਲੈਣੀਆਂ ਫਿਰ ਆ ਖਰੀਦ ਲਵਣਗੇ ਬੂਹਾ ਖੜਕਾ ਕੇ ਫਿਰ ਦੁਕਾਨ ਜੀ ਕਲੋਜ਼ ਕਰਨ ਲੱਗਿਆ ਕੁਛ ਟਾਈਮ 'ਤੇ ਕਿਉਂਕਿ ਹੁਣ ਟਾਈਮ ਨਾਲ ਸੋ ਜਾਵਾਂਗੇ ਫਿਰ ਸੁਬਾਹ ਉੱਠ ਕੇ ਪਕੌੜੇ ਵਗੈਰਾ ਤਲਾਈ ਕਰਨੀ ਉਸ ਤੋਂ ਹਟ ਕੇ ਫਿਰ ਈਦ ਦੀ ਨਮਾਜ਼ ਪੜ੍ਹਨ ਜਾਣਾ ਹੈਗਾ ਉਹ ਨਾ ਹੋਵੇ ਕਿ ਜਾਣ ਸੁਬਾਹ ਅਸੀਂ 2 ਵਜੇ ਸੁੱਤੇ ਨਾ ਰਹੀਏ ਸਰ ਰਾਤ ਜਾਗਣਾ ਹੋਵੇ ਫਿਰ 2 ਵਜੇ ਸੌਣਾ ਹੀ ਹੈਗਾ ਚਲੋ ਕੋਈ ਨਾ ਬਾਕੀ ਲੈ ਚਲੀਏ ਅੰਦਰ ਫੱਟੇ ਅਤੇ ਟੇਬਲ ਜੀ ਇੱਥੇ ਰੱਖੇ ਗਏ ਨੇਗੇ ਬਾਹਰ ਪਿਆ ਸੀਗਾ ਕਲੀਨ ਉਹ ਵੀ ਚੱਕ ਲਿਆ ਹੈਗਾ ਵੀ ਇੱਥੇ ਰੱਖ ਦਿੰਦੇ ਹਾਂਗੇ ਅਤੇ ਦੁਕਾਨ ਜਿਹੜੀ ਹੈਗੀ ਇਹਦਾ ਵੀ ਜਿਹੜਾ ਡੋਰ ਬਸ ਕਲੋਜ਼ ਕਰ ਦਿੰਦੇ ਹਾਂ ਐਵਨ ਉੱਥੇ ਅੰਦਰ ਭਾਵੇਂ ਬੈਠੇ ਰਹਾਂ ਗੱਲਾਂ ਬਾਤਾਂ ਲੇਕਿਨ ਨਾ ਅਹਿਤਿਆਤ ਵੀ ਕਰਨੀ ਚਾਹੀਦੀ ਹੈਗੀ ਦੁਕਾਨ ਜੇ ਤੁਹਾਨੂੰ ਪਤਾ ਸਮਾਨ ਨਾ ਭਰੀ ਹੋਈ ਚੋਰੀ ਚਕਾਰੀ ਦਾ ਵੀ ਡਰ ਰਹਿੰਦਾ ਹੈਗਾ ਇਹਦਾ ਨਾ ਅੱਗੋ ਜਿਹੜਾ ਡੋਰ ਹੈਗਾ ਬੰਦ ਕਰ ਦਿੰਦੇ ਹਾਂਗੇ ਅਤੇ ਜਿਤਨਾ ਟਾਈਮ ਜਾਗਦੇ ਰਹੇ ਜਾਗਦੇ ਰਹੇ ਜਦੋਂ ਫਿਰ ਨੀਂਦਰ ਆ ਗਈ ਉਦੋਂ ਸੌਣਾ ਹੀ ਹੈਗਾ ਉਹ ਨਾ ਹੋਵੇ ਕਿ ਸੁਬਾਹ ਤਬੀਅਤ ਹੀ ਨਾ ਖਰਾਬ ਹੋ ਜਾਵੇ ਇਤਨਾ ਖੁਸ਼ੀ ਦਾ ਮੌਕਾ ਹੋਵੇ ਅੰਮੀ ਜਾਨ ਦੀ ਜਾਂ ਮੇਰੀ ਜਾਂ ਫੈਮਿਲੀ 'ਚ ਹੋਰ ਕਿਸੇ ਦੀ ਤਬੀਅਤ ਨਾ ਖਰਾਬ ਹੋ ਜਾਵੇ ਇਸ ਵਜ੍ਹਾ ਤੋਂ ਟਾਈਮੋ ਟਾਈਮ ਹੀ ਸੋ ਜਾਵਾਂਗੇ ਵੈਲਕਮ ਬੈਕ ਜੀ ਰਾਤ ਨੂੰ ਤਾਂ ਫਿਰ ਮੈਂ ਸੋ ਗਿਆ ਸੀਗਾ ਕਿਉਂਕਿ ਕਾਫੀ ਲੇਟ ਤੱਕ ਦੁਕਾਨ ਖੋਲ੍ਹਣੀ ਪਈ ਹੈਗੀ ਜਿਵੇਂ ਮੈਂ ਦੁਕਾਨ ਬੰਦ ਕਰਕੇ ਹਟੇ ਉਸ ਤੋਂ ਫਿਰ ਹੋਰ ਗਾਹਕ ਆ ਗਿਆ ਚੂੜੀਆਂ ਚੜਵਾਉਣ ਵਾਲੇ ਫਿਰ ਉਹਦਾ ਦਰਵਾਜ਼ਾ ਖੋਲ੍ਹਣਾ ਪਿਆ ਕਾਫੀ ਟਾਈਮ ਬੈਠਣਾ ਪਿਆ ਹੈਗਾ ਤਕਰੀਬਨ ਰਾਤ ਨੂੰ 1 ਵਜੇ ਮੈਂ ਸੋਇਆ ਸੀਗਾ ਬੜੀ ਮੁਸ਼ਕਿਲ ਨਾਲ ਹੁਣ ਉੱਠਿਆ ਹੈਗਾ ਕਿਉਂਕਿ ਮਾਸ਼ਾਅੱਲਾ ਖੁਸ਼ੀ ਬਹੁਤ ਜ਼ਿਆਦਾ ਈਦ ਹੈਗੀ ਅਤੇ ਸਾਰੀ ਫੈਮਿਲੀ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਮੇਰੇ ਤਮਾਮ ਭੈਣ ਭਾਈਆਂ ਨੂੰ ਈਦ ਮੁਬਾਰਕ ਬਾਕੀ ਅੱਜ ਦੇ ਦਿਨ ਦੀ ਰੂਟੀਨ ਹੋਣੀ ਇਨਸ਼ਾਅੱਲਾ ਤਾਲਾ ਨਾਲ ਤੁਹਾਡੇ ਨਾਲ ਅਗਲੇ ਵਲਾਗ ਸ਼ੇਅਰ ਕਰਾਂਗੇ ਕਿਉਂਕਿ ਇਹ ਵਲਾਗ ਜਿੰਨਾ ਹੀ ਹੈਗਾ ਮੈਂ ਦੁਪਹਿਰ ਟਾਈਮ ਇਨਸ਼ਾਅੱਲਾ ਤਾਲਾ ਅਪਲੋਡ ਕਰ ਦੇਵਾਂਗਾ ਰਾਤ ਨੂੰ ਹੀ ਮੇਰੇ ਕੋਲ ਵਲਾਗ ਐਸੇ ਵਜੇ ਉਹਦੇ ਲਈ ਅਪਲੋਡ ਹੋਇਆ ਸੀਗਾ ਕਿ ਮੈਂ ਖੁਦ ਨੀਂਦਰ ਜਾਂ ਸੁਮੀ ਜਾਨ ਨੇ 2-3 ਦਿਨ ਮੈਂ ਜਗਾਇਆ ਕਿ ਅਸਲ ਵਲਾਗ ਅਪਲੋਡ ਹੋ ਗਿਆ ਹੋਇਆ ਬਸ ਉਹਨੂੰ ਪਬਲਿਕ ਕਰਦੇ ਲੇਕਿਨ ਮੇਰੇ ਕੋਲ ਉੱਠੇ ਨਹੀਂ ਗਏ ਇਤਨੀ ਹਿੰਮਤ ਨਹੀਂ ਸੀ ਪੂਰੇ ਜਿਸਮ ਮੈਂ ਦਰਦਾਂ ਸੀਗੀਆਂ ਕੰਮ ਕਾਰ ਕਰਕੇ ਸਾਰਾ ਦਿਨ ਭੱਜ ਭੱਜ ਕੇ ਹਾਲਾਂਕਿ ਜਿਵੇਂ ਕਿ ਕੱਲ੍ਹ ਸੋਚਿਆ ਹੋਇਆ ਸੀਗਾ ਕਿ ਅਗਰ ਅਫਤਾਰੀ ਕਰਵਾ ਲੈਂਦੇ ਨਾ ਅਤੇ ਉਹਦੇ 'ਚ ਬਹੁਤ ਜ਼ਿਆਦਾ ਮੈਨੂੰ ਕੰਮ ਕਰਨਾ ਪੈਣਾ ਸੀ ਫਿਰ ਮੈਂ ਰਾਤ ਨੂੰ ਟਾਈਮੋ ਟਾਈਮ ਹੀ ਸੋ ਜਾਣਾ ਸੀ ਅਤੇ ਜ਼ਿਆਦਾ ਥਕਾਵਟ ਹੋ ਜਾਣੀ ਹੈ ਜੀ ਲੇਕਿਨ ਕੋਈ ਨਹੀਂ ਇਨਸ਼ਾਅੱਲਾ ਤਾਲਾ ਅਗਲੇ ਰਮਜ਼ਾਨ ਸਹੀ ਇਨਸ਼ਾਅੱਲਾ ਤਾਲਾ ਅਫਤਾਰੀ ਕਰਵਾਵਾਂਗੇ ਚਲੋ ਹੁਣ ਦੇਖ ਕਰਵਾ ਕੇ ਨਾ ਅਤੇ ਵੰਡ ਦੇਵਾਂਗੇ ਅਗਲੇ ਰਮਜ਼ਾਨ ਇਨਸ਼ਾਅੱਲਾ ਤਾਲਾ ਉਹ ਤਾਂ ਫਿਰ ਜਿਵੇਂ ਕਿ ਮੈਂ ਸੋਚਿਆ ਮੇਰੇ ਦਿਲ 'ਚ ਹੀ ਨੇਗੀਆਂ ਬਹੁਤ ਹੀ VIP ਤਰੀਕੇ ਨੇ ਇਨਸ਼ਾਅੱਲਾ ਤਾਲਾ ਜ਼ਬਰਦਸਤ ਅਫਤਾਰੀ ਕਰਵਾਵਾਂਗੇ ਵੱਡੀ ਛੋਟੀ ਮੋਟੀ ਅਫਤਾਰੀ ਨਹੀਂ ਇਨਸ਼ਾਅੱਲਾ ਤਾਲਾ ਵੱਡੀ ਅਫਤਾਰੀ ਉਤਨ ਤੱਕ ਮੈਂ ਹਰ ਆਪਣੀ ਸੈਲਰੀ ਦੇ ਵਿੱਚ ਥੋੜ੍ਹੇ ਥੋੜ੍ਹੇ ਪੈਸੇ ਜਮ੍ਹਾਂ ਕੀਤੇ ਕਰਾਂਗੇ ਕਿਉਂਕਿ ਹੁਣ ਅੱਬੂ ਜਾਨ ਦੇ ਕਰਜ਼ੇ ਵੀ ਲੱਥੇ ਖੋਤੇ ਨੇ ਜ਼ਿਆਦਾ ਨਹੀਂ ਰਹਿ ਗਏ ਨੇਗੇ ਇਹ ਤੋਂ ਕਲੀਅਰ ਹੋ ਜਾਣੇ ਉਸ ਤੋਂ ਬਾਅਦ ਕੋਈ ਟੈਨਸ਼ਨ ਹੋਣੀ ਫਿਰ ਅਗਲੇ ਸਾਲ 'ਤੇ ਇਨਸ਼ਾਅੱਲਾ ਤਾਲਾ ਬਿਲਕੁਲ ਆਪਾਂ ਨੂੰ ਸਕੂਨ ਹੋਵੇਗਾ ਘਰ ਵੀ ਕੰਪਲੀਟ ਹੋ ਜਾਵੇਗਾ ਆਪਣਾ ਕੋਈ ਨਾ ਕੋਈ ਜਿਹੜੀ ਨਾ ਖੁਆਇਸ਼ਾਂ ਵੀ ਪੂਰੀਆਂ ਹੋ ਜਾਣਗੀਆਂ ਇਨਸ਼ਾਅੱਲਾ ਤਾਲਾ ਅਤੇ ਉਸ ਤੋਂ ਬਾਅਦ ਫਿਰ ਪੈਸੇ ਜਮ੍ਹਾਂ ਕਰਕੇ ਇਹੋ ਜਿਹੇ ਨੇਕ ਕੰਮਾਂ 'ਤੇ ਇਨਸ਼ਾਅੱਲਾ ਤਾਲਾ ਲਾਇਕ ਕਰਨੇ ਨੇਗੇ
वैसे ने इंशाल्लाह ताला ईद के दिनों के विच आज तो नहीं मेरे किधरे भी जाया जाना हैगा क्योंकि आज मैं सोचे हुआ हैगा बाहर अपने ना समोसे पकौड़े ते सारी चीज़ां जी तलाई करके रखांगे आज काफ़ी सेल होणगियां आज तो दिन तो किधरे नहीं मैं जावांगा दोस्तों ने रल के सुबह तो दिन मैं दोस्तों ने घूमन फिरन जाना हैगा किधरे ना किधरे इंशाल्लाह ताला वो भी तुहाडे नाल शेयर करांगे रावी ते गए या साहिवाल गए वो दोस्तों सारिआं नाल मैं गल कर लवांगा फिर उन्हां नाल रल के चलांगे क्योंकि रात नूं ही मैसेज आया हुआ सी कहिंदे असां की सोचे हैगा भाई तो हूँ कितने कितने जाना है मैं क्या भाई मैं मसरूफ ही बहुत ज़्यादा आ गया तो मेरे को किधरे नहीं जाया जाना है तो दोस्तों ने यकीन कर जो मिले नहीं मैं ना कोई तीन एक महीने हो गए ने गए उन्होंने मिले ही नहीं आ गया बस फोन पर गल वगैरह होती रही हालांकि रेंदे ही शहर ने गए तो शहर आवन जावन ही लगे रहा लेकिन उन्होंने मिलता ही नहीं आ गया ए जल्दी आँदी पिछे करती जी कमां की तो जल्दी जल्दी जाना जल्दी जल्दी वापस आ जाना आ गया कोई नहीं इंशाल्लाह ताला हम तो थोड़ी बहुत ही परेशानियां रह गई ने इस ईद पर तो चलो इस तरह हालात ने गए इंशाल्लाह ताला अगली ईद पर देखांगे सिख खुद ही तुम मैं याद करवाऊंगा कि पिछली ईद पर अपनी की सूरत हाल सी तो इस ईद पर देखो कितनी सूरत हाल है बस अल्लाह पाक खैरी सलामती रखे ए कोई पता नहीं कि अज जींदे आ कल मर जाइए मौत आन लगे पता नहीं चलता है लेकिन अगर खैरी सलामती रहे अगली ईद तक अल्लाह पाक ने इतनी जिंदगी दिती हुई तो इंशाल्लाह ताला लाजमी जो ना अगली ईद तुम याद करवावगा कि वाकई उदो मैं की कह रहा सी उदो अपनी की सूरत हाल सी तो अगली ईद तो इंशाल्लाह ताला इतों ही खलो के इतों ही तुम दिखावगा कि घर कि प्यारा फिर लगेगा तो ठीक है जी हूँ फिर नवे ईद की रूटीन वाले विलाग मिलने आगे हाल जो अपना विलाग है तो खत्म होंगे तो अच्छा लगे लाजमी अपने चैनल सब्सक्राइब करना वीडियो लाइक कर लेना कि दोस्तों रिश्तेदार शेयर भी कर लेना ओके थैंक्स फॉर वॉचिंग एंड अल्लाह हाफिज़।